ਬਿਗ ਬੌਸ OTT 2 ਦੇ ਵਿਨਰ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਇੱਕ ਵਾਰ ਫੇਰ ਤੋਂ ਮੁਸ਼ਕਲਾਂ ਵੱਧ ਸਕਦੀਆਂ ਨੇ। ਦੱਸ ਦਈਏ ਕਿ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਇੱਕ ਹੋਰ ਕੇਸ ਦਰਜ ਹੋਇਆ। ਐਲਵਿਸ਼ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੋਇਆ। ਪੁਲਿਸ ਕੇਸ ਦੇ ਆਧਾਰ ਤੇ ED ਦਾ ਇਹ ਐਕਸ਼ਨ ਦੇਖਣ ਨੂੰ ਮਿਲਿਆ। ਤਾਂ ਲਖਨਊ ਦੇ ਵਿੱਚ ਐਲਵਿਸ਼ ਤੋਂ ਪੁੱਛਗਿੱਛ ਜੋ ਹੈ ED ਕਰ ਸਕਦੀ ਹੈ। ਜਲਦ ਐਲਵਿਸ਼ ਤੋਂ ਪੁੱਛਗਿੱਛ ਦੇ ਲਈ ਉਸਨੂੰ ਸੰਮਨ ਵੀ ਭੇਜਿਆ ਜਾਵੇਗਾ। ਤਾਂ ED ਦੀ ਰਡਾਰ ਦੇ ਉੱਤੇ ਹੁਣ ਐਲਵਿਸ਼ ਯਾਦਵ ਆਇਆ। ਐਲਵਿਸ਼ ਤੇ ਪਹਿਲਾਂ ਵੀ ਸੱਪਾਂ ਦਾ ਜ਼ਹਿਰ ਵੇਚਣ ਦਾ ਮਾਮਲਾ ਦਰਜ ਹੈ ਤੇ ਹੁਣ ਇਸ ਕੇਸ ਦੇ ਵਿੱਚ ED ਦੀ ਐਂਟਰੀ ਹੋਈ ਹੈ ਅਤੇ ED ਦੇ ਵੱਲੋਂ ਹੁਣ ਉਸਨੂੰ ਜਲਦ ਹੀ ਸੰਮਨ ਦੇ ਕੇ ਬੁਲਾਇਆ ਜਾ ਸਕਦਾ ਹੈ। ਤਾਂ ਐਲਵਿਸ਼ ਯਾਦਵ ਜੋ ਕਿ ਯੂਟਿਊਬਰ ਨੇ, ਹਾਲ ਹੀ ਦੇ ਵਿੱਚ ਇੱਕ ਯੂਟਿਊਬਰ ਦੇ ਨਾਲ ਜਦੋਂ ਝਗੜਾ ਹੋਇਆ ਸੀ ਉਸ ਸਮੇਂ ਵੀ ਚਰਚਾ ਦੇ ਵਿੱਚ ਆਏ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਚਰਚਾ 'ਚ ਆਏ ਨੇ ਕਿਉਂਕਿ ED ਦੇ ਰਡਾਰ ਦੇ ਉੱਤੇ ਐਲਵਿਸ਼ ਯਾਦਵ ਆਏ ਨੇ ਤੇ ਜਲਦ ਹੀ ਉਹਨਾਂ ਨੂੰ ਸੰਮਨ ਭੇਜ ਕੇ ਬੁਲਾਇਆ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਪੂਰਾ ਮਾਮਲਾ ਕੀ ਹੈ। ਭਾਜਪਾ ਦੇ ਜੋ ਸਾਂਸਦ ਨੇ ਮੇਨਕਾ ਗਾਂਧੀ, ਉਹਨਾਂ ਦੀ ਸੰਸਥਾ ਪੀਪਲ ਫੋਰ ਐਨੀਮਲ ਦੇ ਜੋ ਅਧਿਕਾਰੀ ਨੇ ਗੌਰਵ ਗੁਪਤਾ, ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਐਲਵਿਸ਼ ਯਾਦਵ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਲਜ਼ਾਮ ਲਗਾਏ ਗਏ ਸੀ ਕਿ ਐਲਵਿਸ਼ ਯਾਦਵ ਅਤੇ ਉਹਨਾਂ ਦੇ ਗਿਰੋਹ ਦੇ ਮੈਂਬਰਾਂ ਦੇ ਵੱਲੋਂ ਰੇਵ ਪਾਰਟੀਆਂ, ਵੱਡੇ ਵੱਡੇ ਹੋਟਲਾਂ ਦੇ ਵਿੱਚ ਸੱਪਾਂ ਦਾ ਜ਼ਹਿਰ ਮੁਹੱਈਆ ਕਰਵਾਇਆ ਜਾਂਦਾ ਹੈ। ਤਾਂ ਇਸ ਨੂੰ ਲੈ ਕੇ ਜਦੋਂ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕੀਤੀ ਤਾਂ ਐਲਵਿਸ਼ ਯਾਦਵ ਦਾ ਕਰੀਬੀ ਰਾਹੁਲ ਜੋ ਹੈ ਉਹ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦਕਿ ਉਸਦੇ ਨਾਲ ਕੁਝ ਸਪੇਰੇ ਵੀ ਸੀ। ਅਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਐਲਵਿਸ਼ ਯਾਦਵ ਦਾ ਨਾਮ ਸਾਹਮਣੇ ਆਉਂਦਾ ਹੈ, ਹਾਲਾਂਕਿ ਪਹਿਲਾਂ ਤਾਂ ਐਲਵਿਸ਼ ਦੇ ਵੱਲੋਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਜਾਂਦਾ, ਪਰ ਜਦੋਂ ਉਸਦਾ ਨਾਮ ਆਉਂਦਾ ਪੁਲਿਸ ਭੂਮਿਕਾ ਦੇਖਦੀ ਹੈ ਉਸਦੀ ਕੀ ਹੈ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਨੋਇਡਾ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਉਸਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ, ਪਰ ਹੁਣ ਇਸ ਕੇਸ ਦੇ ਵਿੱਚ ED ਦੀ ਐਂਟਰੀ ਹੋਈ ਹੈ। ED ਦੇ ਵੱਲੋਂ ਮਨੀ ਲਾਂਡਰਿੰਗ ਨੂੰ ਲੈ ਕੇ ਹੁਣ ਮਾਮਲਾ ਦਰਜ ਕੀਤਾ ਹੈ ਤੇ ਜਲਦ ਹੀ ਐਲਵਿਸ਼ ਯਾਦਵ ਨੂੰ ਲਖਨਊ ਦੇ ਵਿੱਚ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਐਲਵਿਸ਼ ਯਾਦਵ ਜੋ ਕਿ ਬਿਗ ਬੌਸ OTT 2 ਦੇ ਵਿਨਰ ਨੇ ਅਤੇ ਯੂਟਿਊਬਰ ਨੇ, ਉਹਨਾਂ ਦੀ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਰੇਵ ਪਾਰਟੀ ਨੂੰ ਲੈ ਕੇ ਜਿੱਥੇ ਉਹ ਪਹਿਲਾਂ ਹੀ ਜ਼ਮਾਨਤ 'ਤੇ ਚੱਲ ਰਹੇ ਨੇ, ਉੱਥੇ ਹੀ ਹੁਣ ED ਦੇ ਵੱਲੋਂ ਵੀ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਤੇ ਜਲਦ ਇਸ ਮਾਮਲੇ ਨੂੰ ਲੈ ਕੇ ਪੁੱਛਗਿੱਛ ਲਈ ਉਹਨਾਂ ਨੂੰ ਸੰਮਨ ਵੀ ਭੇਜਿਆ ਜਾ ਸਕਦਾ ਹੈ।